पंजाब दे विच कोविड 19 दी अपडेट नाल जुड़ी एक वड्डी खबर है, क्योंकि पंजाब दे विच अज सब तो घट मरीज ने जिहड़े ओह दर्ज कीते गए ने। पूरे पंजाब विच अज सिर्फ 3 शहरां दे विच 3 नवे पॉजिटिव केस सामने आए ने। जिहड़े ठीक होण वाले लोग ने उन्हां दी गिणती है 152 ते मरीजां दी गिणती है कुल 173। टोटल मरीजां दी गिणती 2005 है, पर कुल मरीजां दी गिणती 173 किवें आई वी तुहानूं विस्तार दे विच दस्सांगे। पर सब तो वड्डी ते अहम खबर है कि सिर्फ 3 मरीज ने जिहड़े ओह नवे अज सामने आए ने। कल 20 तो वध गिणती सी जिहड़ी मरीजां दी नवे पॉजिटिव मरीजां दी, पर अज घट के सिर्फ 3 रह गई है। तो पूरी डिटेल असीं तुहानूं हुण दस दिंदे आ। सो पूरी डिटेल देख लईए। 20 मई की शाम 5 बजे तक की यह डिटेल है। अज तक पूरे पंजाब दे विच जिहड़े शक्की मरीज 57,737 पाए गए ने। 2005 अज तक पॉजिटिव मरीज़ पाए गए ने, ते अज जिहड़े 173 कुल मरीज़ ने पंजाब दे 22 ज़िलों दे विच, 22 नहीं कह सकते, अज 4 ज़िले करोना मुक्त हो गए ने, माफ़ करना 5 ज़िले करोना मुक्त हो गए ने, सारे तुहानूं दस्सांगे। 173 ने जिहड़े कुल मरीज़ ने, ठीक होण वाले कुल मरीज़ 1794। ते एक वड्डी जानकारी ये भी दे दईए कि सचखंड श्री हजूर साहिब तो वापस मुड़ी जिन्नी भी संगत सी, जिन्ने पॉजिटिव आए सी, सारे दे सारे हुण ठीक हो के घरां नूं परत चुके ने। पर इह भंबलपुसा हाले भी ਬਣਿਆ ਹੋਇਆ ਕਿ ਉਹ ਸੱਚੀ ਮੁੱਚੀ ਪੋਜ਼ਿਟਿਵ ਸੀਗੇ ਜਾਂ ਫਿਰ ਟੈਸਟ ਕਿੱਟਾਂ ਦੇ ਵਿੱਚ ਕੋਈ ਗੜਬੜ ਸੀਗੀ, ਕਿਉਂਕਿ ਉਹ ਹੁਣ ਤੱਕ ਲਗਾਤਾਰ ਚੀਖ ਚਿੱਲਾ ਰਹੇ ਸੀ ਕਿ ਅਸੀਂ ਪੋਜ਼ਿਟਿਵ ਨਹੀਂ ਹੈਗੇ, ਅਸੀਂ ਬਿਮਾਰ ਨਹੀਂ ਹੈਗੇ। ਮੌਤਾਂ ਦੀ ਗਿਣਤੀ ਹੈ ਜਿਹੜੀ ਉਹ 38 ਹੈ ਅੱਜ, ਕਿਉਂਕਿ ਅੱਜ ਇੱਕ ਮੌਤ ਹੋਰ ਹੋਈ ਹੈ, ਕੱਲ੍ਹ 37 ਸੀ। ਜਲੰਧਰ ਦੇ ਵਿੱਚ ਇੱਕ ਮੌਤ ਹੈ ਜਿਹੜੀ ਉਹ ਦਰਜ ਕੀਤੀ ਗਈ ਹੈ। ਇਹ ਵੀ ਨਵੀਂ ਜਾਣਕਾਰੀ ਹੈ ਕਿ ਆਕਸੀਜਨ ਸਪੋਰਟ 'ਤੇ ਹੁਣ ਸੂਬੇ ਦੇ ਵਿੱਚ ਕੋਈ ਮਰੀਜ਼ ਨਹੀਂ ਹੈਗਾ। ਵੈਂਟੀਲੇਟਰ 'ਤੇ ਇੱਕ ਮਰੀਜ਼ ਜ਼ਰੂਰ ਹੈਗਾ, ਅੱਜ ਵੀ ਕੋਈ ਵੈਂਟੀਲੇਟਰ 'ਤੇ ਨਹੀਂ ਪਾਇਆ ਗਿਆ, ਨਾ ਹੀ ਕਿਸੇ ਨੂੰ ICU 'ਚ ਅੱਜ ਦਾਖਲ ਕੀਤਾ ਗਿਆ, ਨਾ ਹੀ ਕਿਸੇ ਨੂੰ ਅੱਜ ਆਕਸੀਜਨ ਦੀ ਲੋੜ ਪਈ ਹੈ। ਸੋ 3 ਜਿਹੜੇ ਜ਼ਿਲ੍ਹਿਆਂ ਤੋਂ ਆਏ ਨੇ ਕੇਸ, ਇੱਕ ਅੰਮ੍ਰਿਤਸਰ ਤੋਂ, ਇੱਕ ਗੁਰਦਾਸਪੁਰ ਤੋਂ, ਅਤੇ ਇੱਕ ਜਲੰਧਰ ਤੋਂ। ਅੰਮ੍ਰਿਤਸਰ ਦਾ ਜਿਹੜਾ ਨਵਾਂ ਕੇਸ ਹੈ ਉਹਦੀ ਟਰੈਵਲ ਹਿਸਟਰੀ ਮਹਾਰਾਸ਼ਟਰਾ ਨਾਲ ਜੁੜੀ ਹੋਈ ਹੈ, ਯਾਨੀ ਕਿ ਪੰਜਾਬ ਦਾ ਜਿਹੜਾ ਕਾਮਾ ਹੋਏਗਾ ਉਹ ਮਹਾਰਾਸ਼ਟਰ ਵਿੱਚ ਕੰਮ ਕਰਨ ਗਿਆ ਹੋਏਗਾ, ਜਾਂ ਕੋਈ ਵੀ ਲੋਕ ਹੈ ਜਿਹੜਾ ਮਹਾਰਾਸ਼ਟਰ ਤੋਂ ਮੁੜਿਆ ਹੋਣਾ, ਉਹ ਜਿਹੜਾ ਅੱਜ ਪੋਜ਼ਿਟਿਵ ਪਾਇਆ ਗਿਆ। ਉਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਜਿਹੜੇ ਡਿਸਚਾਰਜ ਹੋਏ ਲੋਕ ਨੇ, ਅੱਜ ਸਭ ਤੋਂ ਵੱਧ ਲੋਕ ਲੁਧਿਆਣਾ ਦੇ ਵਿੱਚ ਠੀਕ ਕਰਕੇ ਘਰਾਂ ਨੂੰ ਭੇਜੇ ਗਏ ਨੇ। ਲੁਧਿਆਣਾ ਦੇ ਵਿੱਚ 88 ਜਣੇ, ਉਸ ਤੋਂ ਬਾਅਦ ਸ਼ਹੀਦ ਭਗਤ ਸਿੰਘ ਨਗਰ 'ਚ 30 ਜਣੇ ਨੇ ਜਿਹੜੇ ਉਹ ਘਰਾਂ ਨੂੰ ਪਰਤ ਚੁੱਕੇ ਨੇ। ਪਟਿਆਲਾ 'ਚ ਅੱਜ 15 ਜਣਿਆਂ ਨੂੰ ਛੁੱਟੀ ਦਿੱਤੀ ਗਈ, ਜਲੰਧਰ 'ਚ 4 ਜਣਿਆਂ ਨੂੰ ਛੁੱਟੀ ਦਿੱਤੀ ਗਈ, ਉਸ ਤੋਂ ਬਾਅਦ ਫਤਿਹਗੜ੍ਹ ਸਾਹਿਬ 'ਚ 8 ਜਣਿਆਂ ਨੂੰ, ਅਤੇ ਮਾਨਸਾ ਦੇ ਵਿੱਚ 3 ਜਣਿਆਂ ਨੂੰ ਛੁੱਟੀ ਦਿੱਤੀ ਗਈ, ਪਠਾਨਕੋਟ ਵਿੱਚ 2 ਜਣਿਆਂ ਨੂੰ ਹਸਪਤਾਲ 'ਚੋਂ ਡਿਸਚਾਰਜ ਕਰ ਦਿੱਤਾ ਗਿਆ। ਅਤੇ ਟੋਟਲ 152 ਲੋਕ ਅੱਜ ਘਰੋ ਘਰ ਪਹੁੰਚ ਚੁੱਕੇ ਨੇ, ਉਹਨਾਂ ਦੇ ਪਰਿਵਾਰ ਨੇ ਸੁੱਖ ਦਾ ਸਾਹ ਲਿਆ ਹੋਣਾ। ਸੋ ਅੰਮ੍ਰਿਤਸਰ ਦੇ ਵਿੱਚ ਦੇਖ ਲਈਏ ਕਿ 308 ਕੁੱਲ ਸੀ, 295 ਠੀਕ ਹੋ ਗਏ, 4 ਮੌਤਾਂ ਹੋਈਆਂ। ਅੱਜ ਇੱਕ ਮੌਤ ਨਵੀਂ ਜਲੰਧਰ ਦੇ ਵਿੱਚ ਹੋਈ ਹੈ। ਜਲੰਧਰ ਦੇ ਵਿੱਚ ਮੌਤ ਹੋਣ ਨਾਲ ਅੱਜ 7 ਮੌਤਾਂ ਹੋਣੀਆਂ ਸੀ, ਇੱਥੇ 6 ਲਿਖਿਆ ਹੋਇਆ। ਉਸ ਤੋਂ ਬਾਅਦ ਅੰਮ੍ਰਿਤਸਰ ਦੇ ਵਿੱਚ ਕੁੱਲ 9 ਕੇਸ ਰਹਿ ਗਏ ਨੇ, ਕੱਲ੍ਹ 8 ਸੀਗੇ, ਅੱਜ 9 ਹੋ ਗਏ ਨੇ, ਕਿਉਂਕਿ ਇੱਕ ਨਵਾਂ ਆਇਆ। ਤਰਨ ਤਾਰਨ 'ਚ ਸਿਰਫ ਇੱਕ ਕੇਸ ਰਹਿ ਗਿਆ, ਗੁਰਦਾਸਪੁਰ 'ਚ ਸਿਰਫ ਇੱਕ ਐਕਟਿਵ ਕੇਸ ਰਹਿ ਗਿਆ, 121 ਜਣੇ ਠੀਕ ਹੋ ਚੁੱਕੇ ਨੇ। ਉਸ ਤੋਂ ਬਾਅਦ ਸੰਗਰੂਰ ਦੇ ਵਿੱਚ ਵੀ ਇੱਕ ਕੇਸ ਰਹਿ ਗਿਆ, ਅਤੇ ਅੱਜ ਜਿਹੜੇ ਜ਼ਿਲ੍ਹੇ ਕਰੋਨਾ ਮੁਕਤ ਟੋਟਲ ਹੋਏ ਨੇ, ਟੋਟਲ ਆਪਾਂ ਪੂਰੀ ਗਿਣਤੀ ਦੇਖ ਸਕਦੇ ਹਾਂ ਕਿ 5 ਜ਼ਿਲ੍ਹੇ ਕਰੋਨਾ ਮੁਕਤ ਹੋਏ ਨੇ। ਕੱਲ੍ਹ ਜਿਹੜੇ ਇਹ ਗਿਣਤੀ 4 ਸੀ, ਅੱਜ ਇੱਕ ਹੋਰ ਜ਼ਿਲ੍ਹਾ ਪਠਾਨਕੋਟ ਕਰੋਨਾ ਮੁਕਤ ਹੋਇਆ, ਬਰਨਾਲਾ ਵੀ ਕਰੋਨਾ ਮੁਕਤ ਹੈ, ਕਪੂਰਥਲਾ 'ਚ ਵੀ ਕੋਈ ਕੇਸ ਨਹੀਂ ਹੈ, ਫਿਰੋਜ਼ਪੁਰ 'ਚ ਵੀ ਕੋਈ ਕੇਸ ਨਹੀਂ ਹੈ, ਮੋਗਾ ਦੇ ਵਿੱਚ ਵੀ ਕੋਈ ਕੇਸ ਨਹੀਂ ਹੈ। ਸੋ ਸਿਰਫ ਅਤੇ ਸਿਰਫ 173 ਮਰੀਜ਼ ਰਹਿ ਗਏ ਨੇ ਪੂਰੇ ਪੰਜਾਬ ਦੇ ਵਿੱਚ। ਇਹ ਗਿਣਤੀ ਤੁਸੀਂ ਸਮਝਣ ਦੀ ਕੋਸ਼ਿਸ਼ ਕਰੋ, 2005 ਟੋਟਲ ਸੀਗੇ, ਜਿਨ੍ਹਾਂ ਦੇ ਵਿੱਚੋਂ 1794 ਠੀਕ ਹੋ ਗਏ, 173 ਮਰੀਜ਼ ਰਹਿ ਗਏ, 38 ਮੌਤਾਂ ਹੋ ਚੁੱਕੀਆਂ ਨੇ। ਸੋ ਆਸ ਕਰਦੇ ਹਾਂ ਕਿ ਦਿਨੋਂ ਦਿਨ ਇਹ ਜਿਹੜਾ ਅੰਕੜਾ ਹੈ ਉਹ ਘੱਟਦਾ ਜਾਏਗਾ, ਪਰ ਇਹ ਬਿਲਕੁਲ ਵੀ ਵਹਿਮ ਕਰਨ ਦੀ ਲੋੜ ਨਹੀਂ ਕਿ ਗਰਮੀ ਵੱਧ ਰਹੀ ਹੈ ਅਤੇ ਕਰੋਨਾ ਦਾ ਕਹਿਰ ਘੱਟ ਰਿਹਾ। ਇਹ WHO ਸਾਫ਼ ਕਹਿ ਚੁੱਕਿਆ ਕਿ ਕਰੋਨਾ ਦੇ ਉੱਤੇ ਕਲਾਈਮੇਟ ਦਾ ਕੋਈ ਵੀ ਅਸਰ ਨਹੀਂ ਪੈਂਦਾ। ਇਹ ਬਿਮਾਰੀ ਦੇ ਉੱਤੇ ਕਿਵੇਂ ਲੋਕਾਂ ਨੇ ਇਸ ਨੂੰ ਜਿੱਤਿਆ ਹੈ, ਉਹ ਸਿਰਫ ਅਤੇ ਸਿਰਫ ਪਰਹੇਜ਼ ਦੇ ਕਰਕੇ ਅਤੇ ਸਾਵਧਾਨੀਆਂ ਦੇ ਕਰਕੇ। ਧੰਨਵਾਦ।